लो जी भाई जी, लौंगोवाल बकरा मंडी से खड़े आगे। 3, 13 ते 26 तरीक न होंगी है भाई ये मंडी, संगरूर जिला पिंड लौंगोवाल मंडेरा रोड के उत्ते। ठीक है जी, जेडे मेरे वीर बकरे बकरियां भेडू बेचना चाहते ने, मुर्गे मुर्गियां कुत्ते बिल्ले कुछ भी, तो भाई तुम इतने बेचने आ सकते हो ना। परमजीत भाई आया गया सिटी वाला, रौला पै रहेगा। अज आप गलबात कर देंगे, तुरे आओ आ जा भाई, पुछद भी वीर कितों कितों आए हुए ने मंडी दे विच खड़ी भाई, की हाल चाल ने? सत्रीकार जी, कितों आए हो? टैपी तो। दिखाई की है ये? बकरा ही। लवी बकरा का है? कोना? की मंगया? भैया 650 रुपये। 650 रुपये मंगया भैया, कुछ लगे थे? ये 5500 रुपये लग गए। 5500 रुपये लग गया, ठीक है चल आ जा भैया, आगे चल देंगे भाई अपना। चलो जी चलो। लवी अगे आ जाओ, होर दिखाना थानू। की हाल ने मुंडिया? ठीक है वीर। कितों आए पुत्त? ਕੋਈ ਸਾਹਿਬ ਤੋਂ ਵੀਰੇ। ਕੋਈ ਸਾਹਿਬ ਤੋਂ? ਕੀ ਹੈ ਬੱਕਰਾ ਹੈਗਾ? ਲੈ ਦਿਖਾ ਬੱਕਰਾ ਤੇ ਖੋਲ ਕੇ, ਲੈ ਵੀ ਬੱਕਰਾ ਦਿਖਾਉਣਾ ਇੱਧਰ, ਉੱਧਰ ਮੂੰਹ ਕਰ ਲਾ ਉਹ ਕੈਮਰੇ ਕਣੀ। ਲੈ ਵੀ ਬੱਕਰਾ ਦੇਖੋ ਕੀ ਮੰਗਿਆ ਬਾਈ? 25000 ਮਾਰੇ ਦੋਨਾਂ ਦੇ। ਦੋਨਾਂ ਦਾ ਇੱਕ ਆ ਵੀ ਹੈ, ਇੱਕ ਆ ਵੀ ਆਇਆ ਮੁੰਡਾ, ਤੂੰ ਵੀ ਆਇਆ ਪੁੱਤ ਅੱਗੇ। ਲੈ ਵੀ ਦੋਨਾਂ ਦਾ 25000 ਰੁਪਏ ਮੰਗਿਆ, ਲੱਗਿਆ ਕੁਛ ਕਿੰਨਾ? ਲੱਗ ਗਿਆ ਜੀ। ਕਿੰਨੇ ਲੱਗ ਗਏ? 15000 ਰੁਪਏ ਲੱਗ ਗਿਆ। 15-20 हज़ार रुपये लग गया, 25000 रुपये मंगया बी। चलो कोई गल नहीं, बिक जाएंगे। आज भाई गेड़ा दिन है गया, अं आ जा। बहुत कुछ आया भी मंडी देख दे सकते, भेडा भी आदि ने उरे, चेक करो। तो कहा बाबा जी आने, बाबा जी ना गलबात कर देंगे। बाबा जी सत्श्रीकाल जी। सत श्रीकाल। की हाल चाल ने बाबा जी? हाल बहुत वधिया बड़ा देवता जी। वधिया गा, ठीक ठीक है। किवें कामकार? कामकार वधिया चली जांदा जी। हां वधिया चली जांदा। लो जी भाई देख सकदे होंगे बाबा जी कोले ना आ कुछ हुंदा गा, गट्ठां पटे रस्से झोले। ਆ ਝੋਲਾ ਕਿੰਨੇ ਰੁਪਏ ਦਾ ਬਾਬਾ? ਇਹ ਝੋਲਾ 30 ਰੁਪਏ ਦਾ ਜੀ। 30 ਰੁਪਈਆਂ ਦਾ ਜੀ? ਇੱਕ 50 ਰੁਪਏ ਦਾ ਜੀ। 50 ਵਾਲਾ ਕਿਹੜਾ ਆ ਗਿਆ? 50 ਰੁਪਏ ਦਾ ਜੀ। ਅੱਛਾ, ਇਹ 50 ਦਾ ਗਾ ਜੀ। ਲੈ ਵੀ ਆ 50 ਦਾ, ਆ 30 ਦਾ। ਇੱਕ ਮਿੰਟ ਸਾਰੇ ਖੋਲ ਤੇ ਮਤਾ। ਲੈ ਵੀ ਆ 30 ਦਾ ਦੇਖੋ, ਆ ਕੱਪੜੇ ਵਾਲਾ ਨਾ। ਹਾਂਜੀ। ਤੇ ਆ ਜਿਹੜਾ ਆ ਗਾ ਖੱਦਰ ਵਾਲਾ ਨਾ, ਇਹ ਖੱਦਰ ਦਾ ਜੀ। ਖੱਦਰ ਵਾਲਾ 50 ਰੁਪਈਆਂ ਦਾ ਬਾਈ ਨਾ, ਦੇਖ ਸਕਦੇ ਬਾਈ ਇਹ ਕੁਛ ਹੁੰਦਾ ਬਾਬਾ ਜੀ ਕੋਲੇ। ਬਾਕੀ ਆ ਗੱਠਾਂ ਹੁੰਦੀਆਂ ਨੇ ਇਹੋ ਜਿਹੀਆਂ। ਆ ਗੱਠ ਕਿੰਨੇ ਰੁਪਏ ਦੇ ਬਾਬਾ? ਇਹ 40 ਰੁਪਏ ਦਾ ਜੀ। 40 ਰੁਪਏ ਦਾ, ਠੀਕ ਆ। ਬੱਕਰੀ ਦੀ ਆ ਕਿ ਪਾਉਣ ਵਾਲੀ? ਬੱਕਰੀ ਦੀ 50 ਰੁਪਏ ਦੀ ਆ। ਬੱਕਰੀ ਦੀ 50 ਰੁਪਏ ਜੀ, ਉਹ ਵੱਡੀ ਆਜੂ ਹੈ ਨਾ ਉਹਦੀ? ਲੈ ਵੀ ਵੱਡੀ ਆਜੂ ਬਾਈ। ਬਾਕੀ ਦੇਖ ਸਕਦੇ ਬਾਈ ਆ ਘੁੰਗਰੂ ਹੁੰਦੇ ਨੇ ਇਹ ਵਾਲੇ, ਇਹ ਟੱਲੀਆਂ ਜੀ ਇੱਦਾਂ ਦੀਆਂ ਜਾਂ ਉਹ ਟੱਲੀਆਂ ਬਾਈ। ਬਹੁਤ ਕੁਛ ਹੁੰਦਾ ਬਾਬਾ ਜੀ ਕੋਲ, ਹੈ ਨਾ ਬਾਬਾ ਜੀ? ਤੁਹਾਨੂੰ ਹਰੇਕ ਮੰਡੀ 'ਤੇ ਮਿਲਣਗੇ। ਕਿਹੜੀ ਕਿਹੜੀ ਮੰਡੀ ਜਾਂਦੇ ਬਾਬਾ? ਜਾਂ ਉਹ ਲਾਉਣਾ ਹੁੰਦਾ ਜਾਂ ਇਹ ਲਾਉਣਾ ਹੁੰਦਾ? ਉਹ ਕਿਹੜੀ ਇਹ ਕਿਹੜੀ? ਉਹ ਲੌਂਗੋਵਾਲ ਆ, ਇਹ ਲੌਂਗੋਵਾਲ ਆ, ਉਹ ਬੱਦੋਵਾਲ ਕਹਿੰਦੇ ਨੇ ਉਹਨੂੰ। ਕਿਹੜੀ ਕਿਹੜੀ? ਉਹ ਜਿੱਥੇ ਆਪਾਂ ਜਾਂਦੇ ਹੁੰਦੇ ਹਾਂ ਵੀਡੀਓ ਬਣਾਈ ਤੇ, ਕੀ ਬਾਰ ਵਾਲੀ? ਹੈਂ? ਬਾਰ ਵਾਲੀ ਕਿਹੜੀ? ਤੁੰਗ ਵਾਲੀ ਤਾਂ ਨਹੀਂ? ਉਹ ਆ ਕੀ ਆ ਉਹਦਾ ਨਾਂ, ਹੈਂ ਕਹਿੰਦਾ ਪਿੰਡ ਦਾ ਨਾਂ ਵੀ ਭੁੱਲ ਜਾਂਦੇ ਹੈਗੇ। ਕਿਹੜੀ? ਮੁੱਲਾਪੁਰ? ਮੁੱਲਾਪੁਰ ਹਾਂ ਬਾਬਾ ਬਾਈ ਜੀ, ਜਾਂ ਤਾਂ ਮੁੱਲਾਪੁਰ ਮਿਲੂਗਾ ਜਾਂ ਫਿਰ ਲੌਂਗੋਵਾਲ ਮਿਲੂਗਾ, ਦੋਵੇਂ ਮੰਡੀਆਂ ਦੇ ਉੱਪਰ ਜਾਂਦਾ ਬਾਬਾ। ਬਾਕੀ ਭਾਈ ਨਿਗਾਹ ਮਾਰਦੇ ਬਾਬੂ, ਦੇਖ ਸਕਦੇ ਹੋ ਨਾ ਆਹ ਕੁਛ ਹੁੰਦਾ ਬਾਬੇ ਕੋਲ, ਹੈ ਨਾ। ਆ ਜਾਇਆ ਕਰੋ ਬਾਈ ਤੇ ਬਾਬੂ ਤੇ ਲੈ ਜਾਇਆ ਕਰੋ, ਹੈ ਨਾ। ਬਹੁਤ ਕੁਛ ਹੈ, ਠੀਕ ਹੈ ਬਾਬਾ? ਠੀਕ ਹੈ ਜੀ, ਠੀਕ ਹੈ। ਧੰਨਵਾਦ ਬਾਬਾ ਜੀ, ਸ਼ੁਕਰੀਆ ਜੀ ਰੱਬ ਦਾ। ਆ ਜਾਓ ਬਾਈ, ਅਸੀਂ ਆ ਜਾਓ, ਗੇੜਾ ਲੈਂਦੇ ਦਿੰਦੇ ਚੱਲਦੇ ਹਾਂਗੇ ਆਪਾਂ ਗੱਲਬਾਤ ਕਰਦੇ ਕਰਦੇ। ਕਬੂਤਰ ਵੀ ਆਉਂਦੇ ਨੇ ਬਾਈ, ਦੇਖ ਸਕਦੇ ਹੋ ਨਾ। ਕਿਹਦੇ ਨੇ ਬਾਈ ਕਬੂਤਰ? ਚੱਲ ਕਬੂਤਰ ਵੀ ਆਉਂਦੇ ਨੇ ਬਾਈ, ਉਹਦੇ ਚਿੱਟੇ ਕਾਲੇ ਹਰੇਕ ਤਰ੍ਹਾਂ ਦਾ ਨਾ, ਦੇਖ ਸਕਦੇ। ਗੇੜਾ ਮਾਰ ਦਿਆਂਗੇ ਆਪਾਂ। ਕਿਵੇਂ ਜਾ ਪੀਕ ਦੀ? ਰਾਜੂ ਵੀ ਆਉਂਦਾ ਰਹੇ ਉਰੇ, ਕੀ ਹਾਲ ਆ ਰਾਜੂ? ਵਧੀਆ। ਕਿੰਨੇ ਸੌਦੇ ਹੋ ਗਏ? ਖੜ ਜਾ ਇੱਕ ਮਿੰਟ। ਅੱਜ ਕਿਹੜੇ ਸੌਦੇ ਹੋ ਗਏ? ਅੱਜ ਹੋਏ ਨੇ ਸੌਦੇ? ਮਹੂਰਤ ਵੀ ਨਹੀਂ ਹੋਇਆ, ਮਹੂਰਤ ਵੀ ਨਹੀਂ ਹੋਇਆ, ਪਤਾ ਨਹੀਂ ਕਿਹਦਾ ਮੂੰਹ ਦੇਖਿਆ। ਦੇਖ ਲਾ ਫਿਰ, ਪਤਾ ਕਰ ਲਾ ਕੀ ਪਤਾ ਕਰਾਂ। ਕੰਮ ਕਰ ਬਈ ਚੱਲਦਾ ਗਾ? ਕੰਮ ਕਾਰ ਤਾਂ ਵਧੀਆ ਚੱਲਦਾ। ਵਧੀਆ ਚੱਲਦਾ ਨਾ ਕੰਮ ਕਾਰ,
ਲੈ ਵੀ ਰਾਜੂ ਬਾਈ ਕਰੇ ਬੱਕਰੀਆਂ ਸੂਫੀਆਂ ਨਾਲ ਮੈਂ ਨੰਬਰ ਦੱਸ ਰਾਜੂ ਹੈ ਤੇਰਾ ਨੰਬਰ ਦੱਸ ਬਹੁਤ ਮੰਗਦੇ ਆ ਵੀ ਮੇਰਾ ਨੰਬਰ 98764 92467 ਜੀ ਦੁਬਾਰੇ ਫੇਰ ਬੋਲਦੇ 98764 92467 ਜੀ ਠੀਕ ਆ ਬੱਕਰੀਆਂ ਕਿੰਨੀਆਂ ਸੂਫੀਆਂ ਬੱਕਰੀਆਂ ਸੂਫੀਆਂ ਆਪਣੀਆਂ 26-27 26-27 ਇਕੱਠੀਆਂ ਹੀ ਇਕੱਠੀ ਬੱਚਿਆਂ ਪੱਠਾਂ ਹੋਣੀਆਂ ਕੋਈ 18-19 ਮੇਵਣੀਆਂ ਠੀਕ ਬੱਕਰੇ ਵੱਧ ਹੋਏ ਨੇ ਬੱਕਰੇ ਵਾਲੇ ਨੇ ਬੱਕਰੇ ਵਾਲੇ ਨੇ ਹਾਂ ਚਲੋ ਕੋਈ ਗੱਲ ਲੈ ਵੀ ਜੇ ਕਿਸੇ ਨੂੰ ਵੀ ਚਾਹੀਦੇ ਹੋਣਗੇ ਤਾਂ ਸੰਪਰਕ ਕਰ ਲਿਓ ਰਾਜੂ ਨਾਲ ਠੀਕ ਆ ਰਾਜੂ ਧੰਨਵਾਦ ਬੱਕਰੇ ਵੀ ਨੇ ਕਰੋ ਗੱਲਬਾਤ ਜੀ ਕੀ ਹਾਲ ਹੈ ਬਾਬਾ ਜੀ ਠੀਕ ਠਾਕ ਜੀ ਠੀਕ ਹੈ ਜੀ ਕਿੱਥੋਂ ਆਏ ਬਾਬਾ ਵਾਲੀਆਂ ਤੋਂ ਕੱਟੂ ਵਾਲੀਆਂ ਤੋਂ ਕੱਟੂ ਵਾਲੀਆਂ ਤੋਂ ਲੈ ਵੀ ਦਿਖਾ ਦਿਓ ਕੀ ਨੇ ਇਹ ਤਿੰਨੇ ਪੱਠਾਂ ਨੇ ਹਾਂਜੀ ਹਾਂਜੀ ਲੈ ਵੀ ਤਿੰਨੇ ਪੱਠਾਂ ਨੇ ਲਗਭਗ 4-4 ਮਹੀਨੇ ਦੀਆਂ ਹੋਣਗੀਆਂ ਨਾ ਬਾਬਾ ਪੰਜਵਾਂ ਮਹੀਨਾ ਲੱਗਿਆ ਹੋਇਆ ਕੀ ਮੰਗਿਆ ਬਾਬਾ ਇਹਨਾਂ ਦਾ 7-7 ਹਜ਼ਾਰ ਰੁਪਏ ਹੋ ਗਏ 7-7 ਲੈ ਵੀ 21,000 ਰੁਪਇਆ ਦਾ 7-7 ਹਜ਼ਾਰ ਰੁਪਏ ਮੰਗਿਆ ਚਾਹੇ ਇਕੱਲੀ ਲੈ ਲਓ ਚਾਹੇ ਲੈ ਲਓ ਇਕੱਠੀਆਂ ਹਨਾ ਪੱਠਾਂ ਸੋਹਣੀਆਂ ਨੇ ਬਾਈ ਨਾ ਪੱਠਾਂ ਨਹੀਂ ਮਾੜੀਆਂ ਹੈਗੀਆਂ ਕੰਨ ਵੀ ਦੇਖ ਲਓ ਜੀ ਲੈ ਵੀ ਆਹ ਵੀ ਦਿਖਾ ਦੇ ਬਾਈ ਕੰਨ ਦੇਖ ਸਕਦੇ ਹੋ ਪੱਠਾਂ ਦੇ ਸੋਹਣੇ ਪੱਠਾ ਬਾਈ ਹਨਾ ਨਿਗਾਹ ਮਾਰ ਲਓ ਬਾਈ ਕੁਛ ਲੱਗਿਆ ਬਾਬਾ ਹਾਂ ਲੱਗੀ ਹੋਈ ਸਾਡੇ ਸੀਸੀ ਦਾ ਥੋੜਾ ਜਿਹਾ ਫਰਕ ਆ ਥੋੜੀ ਫਰਕ ਆ ਫਿਰ ਤਾਂ ਹੋ ਜਾਊਗਾ ਹੋ ਜੂ ਚਲ ਠੀਕ ਆ ਹਾਂ ਸਹੀ ਠੀਕ ਆ ਬਾਬਾ ਚੰਗਾ ਜੀ ਧੰਨਵਾਦ ਬਾਈ ਜੀ ਲੈ ਵੀ ਆ ਜਾਓ ਬਾਈ ਦੇਖ ਸਕਦੇ ਹੋ ਇਹੋ ਜਿਹੀ ਕੁਆਲਿਟੀ ਦੇ ਬੱਕਰੀਆਂ ਆਉਂਦੀਆਂ ਨੇ ਉਹਦੇ ਪੱਠਾਂ ਕੀ ਹਾਲ ਨੇ ਬਾਈ ਕਿੱਥੋਂ ਆਏ ਹੋ ਚੰਨੋ ਤੋਂ ਲੈ ਵੀ ਚੰਨੋ ਤੋਂ ਆਏ ਨੇ ਕੀ ਇਹ ਪੱਠਾ ਇੱਕ ਬੱਕਰਾ ਹੈ ਪੱਠਾ ਕਿੰਨੇ ਟਾਈਮ ਦੀ ਹੋਗੀ ਦੁੱਗੀ ਹੋਗੀ ਕਿ ਨਾ ਇਹ ਖੀਰੀ ਆ ਲੈ ਵੀ ਖੀਰੀ ਆ 7-8 ਮਹੀਨਿਆਂ ਦੀ ਆ ਜੇ ਕੀ ਮੰਗਿਆ ਤਾਂ 18,000 ਰੁਪਏ ਮੰਗਿਆ ਲੈ ਵੀ 18,000 ਰੁਪਏ ਮੰਗਿਆ ਗਾ ਅਤੇ ਲੱਗਿਆ ਕੁਝ ਕਿੰਨਾ ਹਜੇ ਹੁਣ ਹੀ ਆਇਆ ਚੱਲ ਕੋਈ ਨਾ ਲੱਗ ਜੂਗਾ ਬਾਈ ਇੱਧਰ ਨਿਗਾਹ ਮਾਰ ਬਾਈ ਸਾਰੇ ਧੁੱਪ ਨਿਗਾਹ ਮਾਰਦੇ ਦੇਖ ਸਕਦੇ ਵੀ ਹਰੇਕ ਕਲਰ ਦੀ ਹਰੇਕ ਨਸਲ ਦੀ ਆਹ ਦੇਖ ਸਕਦੇ ਵੀ ਇੱਦਾਂ ਦੀ ਕੁਆਲਿਟੀ ਹੈ ਨਾ ਨੋਰਮਲ ਜੀ ਕੁਆਲਿਟੀ ਕਹਿ ਸਕਦੇ ਹਾਂ ਕਿ ਆਪਾਂ ਬੜੀ ਹਾਈ ਕੁਆਲਿਟੀ ਵੀ ਨਹੀਂ ਕਹਿੰਦੇ ਠੀਕ ਹੈ ਜੀ ਉਹਨਾਂ ਨੇ ਇਹੋ ਜਿਹੀਆਂ ਆ ਜਾਓ ਉਰੇ ਦੇਖ ਸਕਦੇ ਹੋ ਵੀ ਇੱਧਰ ਮੁਰਗੇ ਵੀ ਆਉਂਦੇ ਨੇ ਅਤੇ ਆਂਡੇ ਵੀ ਵੇਚਣ ਵਾਸਤੇ ਕੀ ਹਾਲ ਹੈ ਬਾਈ ਜੀ ਲੈ ਵੇਚ ਤੇ ਵਿਕ ਜਾਣਗੇ ਕਿੰਨੇ ਰਹਿ ਗਏ ਥੱਲੇ ਬੈਠੀਆਂ ਨੇ ਬਾਈ ਹੈ ਨਾ ਚੱਲ ਠੀਕ ਆ ਬਾਈ ਮੁਰਗੀਆਂ ਵੀ ਉਰੇ ਆਉਂਦੀਆਂ ਨੇ ਬਾਈ ਇੱਕ ਆਹ ਦੇਖ ਸਕਦੇ ਬੱਕਰਾ ਦੇਖੋ ਪਹਿਲਾਂ ਆਹ ਬੱਕਰਾ ਦਿਖਾ ਬਾਈ ਦਾ ਕੀ ਹਾਲ ਨੇ ਬਾਈ ਕਿੱਥੋਂ ਆਏ ਹੋ ਨਾਭੇ ਤੋਂ ਲੈ ਵੀ ਨਾਭੇ ਤੋਂ ਆਏ ਨੇ ਬਾਈ ਬੱਕਰਾ ਦੇਖ ਸਕਦੇ ਮਿੱਤਰੋ ਦੱਸ ਬਾਈ ਬੱਕਰੇ ਬਾਰੇ ਕਿਵੇਂ ਆ ਇਹ ਵਧੀਆ ਵੀਰੇ ਬੱਕਰਾ ਕਿੰਨੇ ਦੰਦ ਹੈਗਾ 6 ਦੰਦ ਆ ਬਾਈ 6 ਦੰਦ ਆ ਕੀ ਮੰਗਿਆ ਬਾਈ 30,000 ਰੁਪਇਆ ਮੰਗਦੇ 30,000 ਰੁਪਇਆ ਕੀ ਲੱਗਿਆ ਇਹਦੇ ਇਹਦੇ ਵੀਰੇ 22,000 ਰੁਪਇਆ ਲੱਗ 22,000 ਰੁਪਇਆ ਲੱਗ ਗਿਆ ਬਾਈ 22,000 ਰੁਪਇਆ ਲੱਗ ਗਿਆ 30,000 ਰੁਪਏ ਮੰਗਿਆ ਚੱਲ ਠੀਕ ਆ ਬਾਈ ਆਉਣਾ ਮੈਂ ਦੁਬਾਰੇ ਵੀਡੀਓ ਬਣਾ ਕੇ ਜਾਊਂਗਾ ਲੈ ਵੀ ਮਿੱਤਰੋ ਆਹ ਦੇਖ ਸਕਦੇ ਹੋ ਨਾ ਬੱਕਰੇ ਬਹੁਤ ਆਏ ਹੋਏ ਨੇ ਅੱਜ ਵੱਡੇ ਇਹ ਵੀ ਦੇਖ ਸ਼ੇਰਾ ਬੱਕਰ ਹੈਗਾ ਹਾਈਟ ਹੂਈਟ ਵਧੀਆ ਵੀ ਲਗਭਗ 42-43 ਇੰਚ ਦੀ ਹਾਈਟ ਹੈਗੀ ਕੇ ਖੜਿਆ ਬਾਈ ਦੇਖ ਸਕਦੇ ਹੋ ਨਾ ਇੱਕ ਉਹ ਖੜਿਆ ਬੱਕਰਾ ਬੱਕਰੇ ਬਹੁਤ ਆਏ ਹੋਏ ਨੇ ਅੱਜ ਲੈ ਵੀ ਸੌਦੇ ਚੱਲੀ ਜਾਂਦੇ ਨੇ ਬਾਈ ਲੌਂਗੋਵਾਲ ਬੱਕਰਾ ਮੰਡੀ 3-13-26 ਤਰੀਕ ਦੀ ਹੁੰਦੀ ਆ ਮਿੱਤਰੋ ਜ਼ਰੂਰ ਆਇਆ ਕਰੋ ਪੱਠਾਂ ਬੱਕਰੇ ਬੱਕਰੀਆਂ ਖਰੀਦਣ ਵਾਸਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੇ ਹੋਣ ਕਾਹ ਦੇਖ ਸਕਦੇ ਬਾਈ ਜੀ ਆਏ ਨੇ ਬਾਈ ਜੀ ਨਾਲ ਗੱਲਬਾਤ ਕਰ ਦਿਆਂਗੇ ਦੇਖਿਓ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਬਹੁਤ ਸੋਹਣਾ ਜੀ ਹੋਰ ਜੀ ਕੰਮ ਕਾਰ ਕਿਵੇਂ ਆ ਕੰਮ ਕਾਰ ਠੀਕ ਹੈ ਬਾਈ ਬਹੁਤ ਵਧੀਆ ਕੀ ਲੈ ਕੇ ਆਏ ਅੱਜ 2 ਬੱਕਰੀਆਂ ਲੈ ਕੇ ਆਇਆ ਤੇ 2 ਪੱਠਾ ਨੇ ਲੈ ਵੀ 2 ਬੱਕਰੀਆਂ ਤੇ 2 ਪੱਠਾ ਨਾ ਚੰਗੀਆਂ ਪੱਠਾ ਨੇ ਬਾਈ ਦੇਖ ਸਕਦੇ ਹੋਗੇ ਕੀ ਮੰਗਿਆ ਇਹਨਾਂ ਪੱਠਾਂ ਦਾ ਜੀ ਬਾਈ ਪੱਠਾਂ ਦਾ ਜੋੜੇ ਦਾ 25,000 ਰੁਪਇਆ ਜੋੜੇ ਦਾ 25,000 ਰੁਪਇਆ ਲੈ ਵੀ ਜੋੜੇ ਦਾ 25,000 ਰੁਪਏ ਮੰਗਿਆ ਪੱਠਾਂ ਦਾ ਪੱਟ ਸੋਹਣੀ ਹੈਗੀ ਆ ਸਾਢੇ ਇੱਕ ਲੈ ਵੀ ਦੇਖ ਸਕਦੇ ਹੋ ਇੱਦਾਂ ਦੀ ਪੱਠ ਆ ਗਈ ਮਾਰ ਕੇ ਦਿਖਾ ਦੇ ਬੂ ਸਾਰੀ ਦੇਖ ਸਕਦੇ ਬਾਈ 25,000 ਰੁਪਏ ਮੰਗਿਆ ਜੋੜੇ ਦਾ ਸੋਹਣੀ ਪੱਠ ਆ ਬਾਈ ਲਾਲ ਅੱਖਾਂ ਦੇ ਵਿੱਚ ਆ ਗਈ ਕਿੰਨੇ ਦੰਦ ਹੋ ਗਈ ਦੰਦ ਤਾਂ ਨਹੀਂ ਨਾ ਨਾ ਦੰਦ ਕਿੱਥੇ ਖੀਰੀਆਂ ਨੇ ਬਿਲਕੁਲ ਜੀ ਖੀਰੀ ਆ ਕਿੰਨੇ ਮਹੀਨੇ ਦੀ ਹੋ ਗਈ ਇਹ ਹੋ 5.5-6 ਮਹੀਨਿਆਂ ਦੀ ਤੇ ਆਹ ਇਹ ਵੀ ਇੱਕ ਬਰਾਬਰੀ ਆ ਇਹ ਵੀ ਬਰਾਬਰੀ ਆ
ਇਹ ਵੀ ਇਹ ਵੀ ਬਰਾਬਰੀ ਹੈਗੀ ਇਹ ਨਾਗਰੀ ਆ ਗਈ ਨਾਗਰੀ ਆ ਗਈ ਆ ਥੋੜਾ ਜਿਹਾ ਡੱਬ ਜਿਹਾ ਸਿਰ ਦੇ ਵਿੱਚ ਦੇਖ ਸਕਦੇ ਹੋ ਇਹ ਲੈ ਵੀ ਦੇਖੋ ਤੇ ਆਹ ਬੱਕਰੀਆਂ ਜੀ ਕਿਵੇਂ ਨੇ ਗੱਭਣਾ ਨੇ ਹਾਂ ਬਾਈ ਸੂਣ ਵਾਲੀਆਂ ਨੇ ਇਹ 15-20 ਦਿਨ ਲੈਣੀਆਂ 20 ਦਿਨ ਲੈਣਗੀਆਂ ਹਾਂਜੀ ਆ ਕਰਿਓ ਆਹ ਬੱਕਰੀ ਲੈ ਵੀ 20 ਦਿਨ ਲੈਣਗੀਆਂ ਬੱਕਰੀ ਬਾਈ ਬਾਈ ਜੀ ਕਹਿੰਦੇ ਦੇਖ ਸਕਦੇ ਹੋ ਤੇ ਕਿਵੇਂ ਸੂਏ ਬੱਕਰੀ ਆ ਜੀ ਇਹ ਪੂਰੇ ਦੰਦ ਇੱਕ ਚੌਥੇ ਇੱਕ ਤੀਜੇ ਪੱਠ ਬਾਈ ਇਹਦਾ 25 ਜੋੜੇ ਦਾ 25 ਜੋੜੇ ਦਾ 25 ਠੀਕ ਹੈ ਜੀ ਚੰਗਾ ਬਾਈ ਧੰਨਵਾਦ ਲੈ ਵੀ ਆ ਜਾਓ ਮਿੱਤਰੋ ਅੱਗੇ ਚੱਲਦੇ ਹਾਂਗੇ ਦੇਖ ਸਕਦੇ ਹੋ ਕਿ ਬਹੁਤ ਗੁੱਸਾ ਆਇਆ ਮੰਡੀ ਦੇ ਵਿੱਚ ਲੈ ਵੀ ਮਿੱਤਰੋ ਗੇੜਾ ਦਿੰਦੇ ਦਿੰਦੇ ਨਾ ਇੱਕ ਆਹ ਮੁੰਡਾ ਮਿਲ ਗਿਆ ਆਪਾਂ ਨੂੰ ਗੱਲਬਾਤ ਕਰ ਦਿਆਂਗੇ ਕੀ ਹਾਲ ਹੈ ਬਾਈ ਵਧੀਆ ਬਾਈ ਕੀ ਨਾਮ ਆ ਹੈਪੀ ਹੈਪੀ ਕਿੱਥੋਂ ਆਏਗਾ ਪਾਤੜਾਂ ਤੋਂ ਪਾਤੜਾਂ ਤੋਂ ਆਪਾਂ ਕਦੋਂ ਮਿਲੇ ਸੀ ਬਾਈ ਆਪਾਂ 11ਵੇਂ ਮਹੀਨੇ ਦੀ 26 ਤਰੀਕ ਨੂੰ ਮਿਲੇ ਸੀ ਪਹਿਲਾਂ ਪਿਛਲੇ ਸਾਲ ਠੀਕ ਹੈ ਯਾਦ ਆ ਤੇਰੇ ਉਹ ਕਿਵੇਂ ਯਾਦ ਆ ਬਾਈ ਬਸ ਯਾਦ ਸੀ ਤੇਰੇ ਠੀਕ ਹੈ ਵੀਡੀਓ ਬਣਾਈ ਤੀ ਆਪਾਂ ਨੇ ਠੀਕ ਆ ਕਾਹਦੀ ਵੀਡੀਓ ਬਣਾਈ ਤੀ ਬਾਈ ਬੱਕਰੀਆਂ ਦੀ ਇਹ ਵੀ ਸਾਲ ਹੋ ਗਿਆ ਮੇਰੇ ਨੂੰ ਪਰ ਇਹਦੇ ਯਾਦ ਆ ਮੁੰਡੇ ਦੇ ਦੇਖ ਸਕਦੇ ਹੋ ਅੱਜ ਫਿਰ ਕਿਵੇਂ ਆਇਆ ਬਾਈ ਅੱਜ ਮਾਲ ਲੈ ਕੇ ਆਇਆ ਕਿੰਨੀਆਂ ਬੱਕਰੀਆਂ ਲੈ ਕੇ ਆਇਆ ਅੱਜ 5 ਬੱਕਰੀਆਂ ਲੈ ਕੇ 5 ਬੱਕਰੀਆਂ ਲੈ ਕੇ ਆਇਆ ਵੀਡੀਓ ਬਣਾਈ ਆਪਾਂ ਚਲ ਆਉਣਾ ਚੰਗਾ ਮੈਂ ਦਿਲ ਚੰਗਾ ਲੈ ਵੀ ਮਿੱਤਰੋ ਲੌਂਗੋਵਾਲ ਮੰਡੀ ਹੁੰਦੀ ਹੈਗੀ 3-13 ਤੇ 26 ਤਰੀਕ ਦੀ ਜ਼ਰੂਰ ਆਇਆ ਕਰੋ ਅਤੇ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰ ਦਿਓ ਬਾਈ ਧੰਨਵਾਦ